ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਰੋਜ਼ ਤੁਹਾਡੇ ਵਾਸਤੇ ਤੁਹਾਡਾ ਵੀਰ ਨਦੀਮ ਖਰਲ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ ਅੱਜ ਵੀ ਤੁਹਾਡੇ ਵਾਸਤੇ ਇੱਕ ਦੂਜਣ ਮੈਂ ਦੀ ਵੀਡੀਓ ਜਾਂ ਤੀਜਣ ਹੋਵੇਗੀ ਮਾਲਕ ਨੂੰ ਪੁੱਛਦੇ ਹਾਂ ਵੀਡੀਓ ਦਰਿਆ ਦੀ ਲੈ ਕੇ ਹਾਜ਼ਰ ਹਾਂ ਜਨਾਬ ਬੜੀ ਖੂਬਸੂਰਤ ਮੈਂ ਚੰਗੀ ਸੋਹਣੀਆਂ ਬਦਰਾਂ ਨੇ ਚੰਗਾ ਪੁੱਠਾ ਮਗਰੂ ਕੱਦ ਕਾਠ ਔਰ ਨਿੱਕੀ ਜੀ ਬਿਲਕੁਲ 4.5 ਫੁੱਟ ਦੀ ਜਿਵੇਂ ਪੰਜਾਬੀ 'ਚ ਅਸੀਂ ਆਉਂਦੇ ਉਹਨਾਂ ਨੀਲੀ ਦੀਆਂ ਸਾਰੀਆਂ ਹੱਦਾਂ ਉਹਦੇ ਵਿੱਚ ਨੇ ਅਤੇ ਕੁੱਕਰੇ ਨੇ ਅੱਖਾਂ 'ਚ ਬਿਲਕੁਲ ਸਿੰਘ ਬਿਲਕੁਲ ਖੁੰਡੇ ਨੇ ਔਰ ਮਤਾ ਹਲਕਾ ਜਿਹਾ ਬੱਲਾ ਹੈ ਥਣ ਪੂਰਾ ਮੁੱਠਾਂ ਦਾ ਹੈ ਔਰ ਦੁੱਧ ਸਾਰਾ ਮਾਲਕ ਨੂੰ ਪੁੱਛਾਂਗੇ ਮੁੱਲ ਮਲ ਵੀ ਸਾਰਾ ਉਹਨੂੰ ਪੁੱਛਾਂਗੇ ਔਰ ਫਾਈਨਲ ਕਰਕੇ ਜਨਾਬ ਤੁਹਾਨੂੰ ਸਾਰੀਆਂ ਗੱਲਾਂ ਜਿਹੜੀ ਡਿਟੇਲਾਂ ਦੱਸਾਂਗੇ ਇਹ ਜਨਾਬ ਮਾਝੇ ਮੂੰਹ ਮੱਥਾ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੁਣ ਪੂਰੀ ਇਹਦੀ ਬਾਡੀ ਮੇਰਾ ਕੈਮਰਾਮੈਨ ਤਸੱਲੀ ਦੇ ਨਾਲ ਤੁਹਾਨੂੰ ਦਿਖਾਵੇਗਾ ਇੱਕ ਇੱਕ ਚੀਜ਼ ਥਣ ਚੱਡਾ ਬੜਾ ਖੂਬਸੂਰਤ ਹੈ ਔਰ ਪੂਰਾ ਸੋਹਣਾ ਔਰ ਬੜਾ ਨਾਯਾਬ ਚੱਡਾ ਹੈ ਅਤੇ ਜਨਾਬ ਕੈਮਰਾਮੈਨ ਮੇਰਾ ਪੂਰੀ ਤਸੱਲੀ ਦੇ ਨਾਲ ਥਣਾਂ ਦੀਆਂ ਪੂਰੀਆਂ ਵਿਰਲਾਂ ਔਰ ਪੂਰਾ ਹਵਾਨਾ ਪੂਰੀ ਤਸੱਲੀ ਦੇ ਨਾਲ ਦਿਖਾ ਰਿਹਾ ਹੈ ਬੜੀ ਖੂਬਸੂਰਤ ਔਰ ਵੱਡੀ ਮੱਝ ਹੈ ਤੁਸੀਂ ਵੇਖਦੇ ਪਿਓ ਮੇਰੀ ਕੈਮਰੇ ਦੀ ਨਜ਼ਰ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਦਿਖਾ ਰਿਹਾ ਕੈਮਰਾਮੈਨ ਸਾਹਿਬ ਇਸ ਪਾਸੇ ਹਵਾਨਾ ਵਿਖਾ ਲਓ ਕਿਸੇ ਕਿਸਮ ਦੀ ਕੋਈ ਕਸਰ ਨਾ ਰਹੇ ਕੋਈ ਵਾਧਾ ਘਾਟਾ ਨਾ ਰਹੇ ਪੂਰੀ ਖੂਬਸੂਰਤੀ ਦੇ ਨਾਲ ਵਿਖਾਓ ਕਿ ਐਂ ਜਿਹੜੇ ਪੂਰਾ ਮਾਸ਼ਾਅੱਲਾ ਜਿਹੜਾ ਨੇ ਫਿੱਟ ਫਿੱਟ ਬਾਹਰ ਕੱਢਿਆ ਅੱਧਾ ਅੱਧਾ ਫਿੱਟ ਬਾਹਰ ਕੱਢਿਆ ਸਾਰਾ ਪਤਾ ਲੱਗ ਜਾਏ ਇਹ 3 ਦਿਨ ਦੀ ਸੂਈ ਹੈ ਜਾਂ 4 ਦਿਨ ਦੀ ਸੂਈ ਹੈ ਮੱਝ ਹੈ ਇਹ ਪਿੱਛੇ ਦੇ ਕੱਟੀ ਹੈ ਜਨਾਬ ਪਿੱਛੇ ਦੇ ਕੱਟੀ ਹੈ ਇਹ ਮੱਥੇ ਤੋਂ ਬੱਲੀ ਔਰ ਸਿੰਘ ਜਨਾਬ ਇਹਦੇ ਹਲਕੇ ਜਿਹੇ ਜਿਹੜੇ ਨੇ ਖੁੰਡੇ ਨੇ ਭਾਈ ਪਰਵੇਜ਼ ਨਾ ਕਰਾਂਗੇ ਗੱਲਾਂ ਸਾਰੀਆਂ ਕਿ ਭਾਈ ਸਾਹਿਬ ਇਹਦਾ ਕੀ ਹਿਸਾਬ ਕਿਤਾਬ ਹੈ ਇਸ ਮੈਂ ਦਾ ਜਾਂ ਇਹਦੇ ਕੋਲ ਕੀ ਰੌਲਾ ਰੱਪਾ ਹੈ ਸਾਰੀਆਂ ਗੱਲਾਂ ਪੁੱਛਣਾ ਅਤੇ ਇੱਥੇ ਆਓ ਬਾਈ ਛੱਡ ਦਿਓ ਕਿਸੇ ਨੂੰ ਜਾਣ ਜੀ ਜਾਂਦੀ ਮੇਰੇ ਨਾਲ ਗੱਲ ਕਰੋ ਅਸਲਾਮ ਵਾਲੇਕੁਮ ਵਾਲੇਕੁਮ ਬੜਾ ਉੱਚਾ ਬੋਲੋ ਵਾਲੇਕੁਮ ਸਲਾਮ ਬਾਈ ਕੀ ਹਾਲ ਚਾਲ ਹੈ ਤਬੀਅਤ ਸੇ ਠੀਕ ਹੈ ਸ਼ੁਕਰ ਅੱਲਾ ਸਾਰੀ ਖੈਰ ਮੇਰੇ ਅੱਛਾ ਬਾਈ ਪਰਵੇਜ਼ ਇਹ ਦੱਸ ਕਿ ਜਿਹੜੀ ਇਹ ਮੈਂ ਤੇਰੀ ਇਹ ਕਿਨਵਾਂ ਸੂਆ ਹੈ ਝੂਠ ਤੋਂ ਬਗੈਰ ਦੂਸਰਾ ਸੂਆ ਅੱਛਾ ਬਾਈ ਇਹ ਦੱਸ ਕਿੰਨੇ ਦਿਨ ਦੀ ਸੂਈ ਹੈ ਚੌਂ ਪੰਜਾਂ ਦਿਨਾਂ ਦੀ ਸੂਈ ਹੈ ਬਾਈ ਪਰਵੇਜ਼ ਦਾ ਦੁੱਧ ਹੁਣ ਜਿਹੜਾ ਪੱਕਾ ਫਾਈਨਲ ਬਗੈਰ ਕੂੜ ਤੋਂ ਜਿੰਨੀ ਕੁ ਪੰਡ ਗਰਦ ਨਾ ਟੁੱਟ ਜਾਏ ਐਡਾ ਕੂੜ ਨਹੀਂ ਮਾਰਨਾ ਸਿੱਧੀ ਸਿੱਧੀ ਗੱਲ ਕਰਨੀ ਹੈ ਮੇਰਾ ਬਰਾ ਕੇ ਕਿੰਨਾ ਦੁੱਧ ਹੈ ਤੇ ਕੋਈ ਜਨਮ ਦੁੱਧ 15 ਤੋਂ 16 ਕਿਲੋ ਆ ਮੈਂ ਕੋਈ ਠੰਡਾ ਦੁੱਧ ਜਿਹੜੀ ਗੜਵੀਆਂ ਮਰਾ ਦਿਸਾਂ 2-3 ਟਾਈਮ ਮਤਲਬ ਗਰਮ ਦੁੱਧ ਫਿਰ 18 ਕਿਲੋ ਆਇਆ ਹਾਂ ਗਰਮ ਦੁੱਧ 18 ਕਿਲੋ ਜੱਗ ਸਮੈਤ 18 ਕਿਲੋ ਸਮੈਤ 2 ਟਾਈਮ ਦੱਸ 15 ਕਿਲੋ ਤੋਂ 16 ਕਿਲੋ ਦੁੱਧ ਜਿਹੜਾ ਠੰਡਾ 16 ਕਿਲੋ ਠੰਡਾ 15 ਹੀ ਮੈਂ ਆਖਾਂਗਾ 15 ਠੰਡਾ 18 ਗਰਮ ਦੁੱਧ ਅਤੇ ਇਹ ਜਨਾਬ ਇਸ ਮੈਂ ਕੋਲ 2 ਟਾਈਮ ਚੁਆਈ ਕਰਾ ਕੇ ਅਸੀਂ ਦੇਵਾਂਗੇ ਤਸੱਲੀ ਕਰਾ ਕੇ ਦੇਵਾਂਗੇ ਮੁਹੱਬਤ ਪਿਆਰ ਵਾਲਾ ਮੁੱਲ ਦੱਸੋ ਜੀ ਮੁੱਲ 2,80,000 ਰੁਪਏ 2,80,000 ਰੁਪਇਆ ਗਰਮ ਦੁੱਧ 18 ਕਿਲੋ ਠੰਡਾ ਦੁੱਧ 15 ਕਿਲੋ ਚੁਆ ਕੇ ਦੇਣਾ 2 ਟਾਈਮ 2,80,000 ਮੁਹੱਬਤ ਪਿਆਰ ਹੈ ਚੌਵਣ ਬੜੀ ਚੰਗੀ ਮੁਹੱਬਤ ਪਿਆਰ ਕੋ ਮਾੜਾ ਮੋਟਾ ਕਰ ਹੀ ਲਿਸਾਂ ਜਿਸ ਸਭ ਮਾੜਾ ਮੋਟਾ ਮੁਹੱਬਤ ਪਿਆਰ ਹੋ ਜਾਸੀ ਕਣਾ ਕੋਈ ਨਹੀਂ ਹੋਣਾ ਬਾਈ ਪਰਵੇਜ਼ ਦਾ ਕਹਿਣਾ ਚੌਵਣ ਕਿਵੇਂ ਚੌਵਣ ਬਹੁਤ ਚੰਗੀ ਮੈਂ ਅੰਗੂਠੇ ਜਿੰਨਾ ਮੋਟਾ ਜਿਵੇਂ ਆਉਂਦੇ ਹੁੰਦੇ ਨੇ ਆਉਂਦੇ ਨੇ ਅੰਗੂਠੇ ਜਿੰਨਾ ਚੌਵਣ ਮੋਟਾ ਔਰ ਸੋਹਣਾ ਔਰ ਪੂਰੇ ਮੁੱਠਾਂ ਦੇ ਪੂਰਾ ਰੁਗ ਦਾ ਥਣ ਚੰਗਾ ਖੂਬਸੂਰਤ ਉਮੀਦ ਹੈ ਕਿ ਤੁਹਾਨੂੰ ਮੇਰੀ ਅੱਜ ਵਾਲੀ ਵੀਡੀਓ ਬੇਹੱਦ ਲਾਜਵਾਬ ਲੱਗੇਗੀ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਮਿਲਾਂਗੇ ਨਵੀਂ ਵੀਡੀਓ ਨਾਲ ਅੱਲਾ ਨਿਗਹਿਬਾਨ